ਯੋ ਵਟਸਅਪ ਪੁਜਿਸ ਕਿਵੇਂ ਹੋ, ਕੀ ਹਾਲ ਚਾਲ? ਅੱਜ ਇਸ ਗਾਣੇ ਦੇ ਆਪਾਂ ਰੈਕਟ ਕਰਨ ਲੱਗਿਆ ਗਾਣੇ ਦਾ ਨਾਂ ਜੀ ਮਾਂ ਦੀ ਗੋਦ। ਸਿੰਗਰ ਐਂਡ ਲਿਰਿਕਸ ਹੈ ਜੀ ਸਾਈਂ ਸੁਲਤਾਨ ਜੀ ਦੇ, ਡਾਇਰੈਕਟਰ ਨੇ ਸੌਰਵ ਜਿੰਦਲ, ਮਿਊਜ਼ਿਕ ਕੀਤਾ KV ਸਿੰਘ ਨੇ। ਬਾਕੀ ਕ੍ਰੈਡਿਟਸ ਤੁਸੀਂ ਡਿਸਕ੍ਰਿਪਸ਼ਨ 'ਚ ਗਾਣੇ ਦੀ ਜਾ ਕੇ ਪੜ੍ਹ ਸਕਦੇ ਹੋ। ਬਾਈ ਯਾਰ ਗਾਣੇ ਆਪਦੀ ਦਾਦੀ ਮਾਂ ਦੀ ਯਾਦ 'ਚ, ਹੈ ਨਾ, ਉਹਨਾਂ ਦੀ ਬਰਸੀ ਦੀ ਯਾਦ 'ਚ ਗਾਣਾ ਕੱਢਿਆ। ਸੁਣਦੇ ਹਾਂ, ਦੇਖਦੇ ਹਾਂ ਕੀ ਗੱਲਬਾਤ ਆ। ਆ ਜਾਓ ਪਹਿਲਾਂ ਮਾਂ ਦੀ ਹੋਣੀ ਯਾਰ। ਅੱਜ ਦੁਨੀਆ ਦੀ ਹਰ ਸ਼ੌਹਰਤ ਤੇਰੇ ਪੁੱਤ ਕੋਲ ਚੱਲ ਕੇ ਆਉਂਦੀ ਆ, ਪਰ ਮਾਂ ਮੈਨੂੰ ਤੇਰੀ ਨਿੱਘੀ ਗੋਦ ਦੀ ਯਾਦ ਅੱਜ ਵੀ ਬਹੁਤ ਸਤਾਉਂਦੀ ਆ, ਅੱਜ ਵੀ। ਬਾਕੀ ਗੱਲ ਸੱਚ ਆ, ਜ਼ਿੰਦਗੀ 'ਚ ਕੁਛ ਮਰਜ਼ੀ ਬੰਦਾ ਕਮਾ ਸਕਦਾ, ਪਰ ਇਹ ਚੀਜ਼ ਨਹੀਂ ਕਮਾ ਸਕਦਾ। ਗ੍ਰੇਟ ਵੋਕਲ। ਸਭ ਤੋਂ ਸੋਹਣੀ ਜ਼ਿੰਦਗੀ ਮੇਰੀ ਮਾਂ ਦੀ ਗੋਦ ਚ ਦੇਖੀਏ, ਮੈਂ ਸਭ ਤੋਂ ਸੋਹਣੀ ਜ਼ਿੰਦਗੀ ਮੇਰੀ ਮਾਂ ਦੀ ਗੋਦ ਚ ਦੇਖੀਏ। ਕੀ ਬਾਤਾਂ ਨੇ, ਕੀ ਬਾਤਾਂ ਨੇ। ਦੇਖੋ ਨਾ, ਵਿਹੜੇ ਸਵਰਗ ਬਣ ਜਾਂਦਾ ਜਦੋਂ ਵਿਹੜੇ 'ਚ ਇੰਨੀਆਂ ਖੁਸ਼ੀਆਂ ਹੋਣ ਯਾਰ। ਕੀ ਬਾਤ ਹੈ। ਰੱਬ ਵੇਖਿਆ, ਜੱਗ ਵੇਖਿਆ, ਜ਼ਿੰਦਗੀ ਦਾ ਉਹ ਪਾਰ ਵੇਖਿਆ। ਰੱਬ ਵੇਖਿਆ, ਜੱਗ ਵੇਖਿਆ, ਜ਼ਿੰਦਗੀ ਦਾ ਉਹ ਪਾਰ ਵੇਖਿਆ। ਜੇ ਕੁਝ ਵੇਖਿਆ ਪਾਕ ਪਵਿੱਤਰ, ਮੈਂ ਉਹ ਮਾਂ ਦਾ ਪਿਆਰ ਵੇਖਿਆ। ਬਿਲਕੁਲ ਸਹੀ ਗੱਲ ਹੈ। ਕੁਝ ਵੇਖਿਆ ਪਾਕ ਪਵਿੱਤਰ, ਮੈਂ ਉਹ ਮਾਂ ਦਾ ਪਿਆਰ ਵੇਖਿਆ। ਉਹਦੇ ਦਿਲ ਦਾ ਫਿਕਰ ਹਾਂ ਮੈਂ, ਉਹਦੇ ਦਿਲ ਦਾ ਫਿਕਰ ਹਾਂ ਮੈਂ, ਮੇਰੀ ਕਿਸਮਤ ਦੀ ਏ ਨੇਕੀ ਏ। ਸਹੀ ਗੱਲ ਹੈ। ਮੈਂ ਸਭ ਤੋਂ ਸੋਹਣੀ ਜ਼ਿੰਦਗੀ ਮੇਰੀ ਮਾਂ ਦੀ ਗੋਦ ਚ ਦੇਖੀਏ, ਮੈਂ ਸਭ ਤੋਂ ਸੋਹਣੀ ਜ਼ਿੰਦਗੀ ਮੇਰੀ ਮਾਂ ਦੀ ਗੋਦ ਚ ਦੇਖੀਏ। ਦੁਨੀਆ 'ਚ ਜੇ ਕੋਈ ਸਭ ਤੋਂ ਜ਼ਿਆਦਾ ਪਵਿੱਤਰ ਰਿਸ਼ਤਾ ਹੈਗਾ ਨਾ, ਤਾਂ ਸਭ ਤੋਂ ਪਿਆਰ ਵਾਲਾ ਰਿਸ਼ਤਾ ਉਹ ਮਾਂ ਦਾ ਹੀ ਆ। ਬਹੁਤ ਖੂਬਸੂਰਤ ਗਾਣਾ, ਇੱਕ ਇੱਕ ਬੋਲ ਹੈ ਨਾ ਗਾਣੇ ਦਾ, ਮੈਂ ਸੁਣ ਇੱਥੇ ਰਿਹਾ, ਮੈਂ ਕਿਤੇ ਹੋਰ ਹੀ ਚੱਲ ਗਿਆ ਨਾ, ਖੁਦ ਆਪਦੇ ਖਿਆਲਾਂ 'ਚ ਖੋ ਗਿਆ ਸੁਣ ਕੇ ਯਾਰ। ਕੀ ਬਾਤ ਹੈ। ਲੜ ਜਾਂਦਾ ਸੀ, ਖੜ ਜਾਂਦਾ ਸੀ ਕਲਮ ਕੱਲਾ, ਕਰਬਲਾਵਾਂ ਨਾ ਲੜ ਜਾਂਦਾ ਸੀ, ਖੜ ਜਾਂਦਾ ਸੀ ਕਲਮ ਕੱਲਾ। ਸਾਡੇ ਚੈਨ ਸਕੂਨ ਦੀ ਦੁਨੀਆ ਮਾਂ ਤੇਰੀ ਚੁੰਨੀ ਦਾ ਪੱਲਾ, ਸਾਡੇ ਚੈਨ ਸਕੂਨ ਦੀ ਦੁਨੀਆ ਮਾਂ ਤੇਰੀ ਚੁੰਨੀ ਦਾ ਪੱਲਾ। ਮੈਂ ਤੇਰੀ ਰੂਹ ਦੀ ਪਰਛਾਈ, ਸਭ ਤੋਂ ਸੋਹਣੀ ਜ਼ਿੰਦਗੀ ਮੇਰੀ ਮਾਂ ਦੀ ਗੋਦ ਚ
ਬਹੁਤ ਸੋਹਣੀ ਸਟੋਰੀ ਦਿਖਾਈ ਜਾ ਰਹੀ ਹੈ ਮੈਨੂੰ ਲੱਗਦਾ ਨਾ ਗਾਣੇ 'ਚ ਕਿ ਮੁੰਡਾ ਬਾਹਰ ਗਿਆ ਜਦੋਂ ਵਾਪਸ ਆਇਆ ਉਹਨੂੰ ਆਪਣੀ ਫੈਮਿਲੀ ਦੀ ਯਾਦ ਆ ਰਹੀ ਆ। ਸੋ ਮਾਂ ਪਿਓ ਤੋਂ ਉੱਤੇ ਕੁਛ ਨਹੀਂ, ਜਿਹਦੇ ਕੋਲ ਫੈਮਿਲੀ ਹੈਗੀ ਉਹਨੂੰ ਸੰਭਾਲ ਲਓ, ਜ਼ਿੰਦਗੀ 'ਚ ਬਾਕੀ ਸਾਰਾ ਕੁਛ ਹੁੰਦਾ ਰਹਿਣਾ, ਪੈਸਾ ਕਮਾਉਣਾ, ਇੰਡੀਆ 'ਚ ਰਹਿ ਕੇ ਮਾਂ ਪਿਓ ਦੇ ਕੋਲ ਰਹਿ ਕੇ ਕਮਾ ਲਓ, ਬਹੁਤ ਸਾਰੇ ਤਰੀਕੇ ਆ। ਬਟ ਜੇ ਇਹ ਚੀਜ਼ ਨਹੀਂ ਮਿਲਣੀ ਯਾਰ, ਵਿਦੇਸ਼ਾਂ 'ਚ ਜਾ ਕੇ ਸਭ ਕੁਛ ਮਿਲ ਜਾਂਦਾ, ਮਹਿੰਗੀ ਗੱਡੀ, ਬਾਹਰ ਜਾ ਕੇ ਤੁਸੀਂ ਡੋਜ ਚੈਲੈਂਜਰ ਚਲਾਓਗੇ, ਇੱਥੇ ਥੋੜ੍ਹੀ ਸਸਤੀ ਚਲਾ ਲਓ। ਬਟ ਇੱਕ ਚੀਜ਼ ਤਾਂ ਹੈਗੀ, ਤੁਸੀਂ ਆਪਦਿਆਂ ਦੇ ਕੋਲ ਤਾਂ ਹੈਗੇ ਹੋ। ਸਭ ਤੋਂ ਸੋਹਣੀ ਜ਼ਿੰਦਗੀ ਮੇਰੀ ਮਾਂ ਦੀ ਗੋਦ ਚ ਦੇਖੀਏ। ਕੀ ਬਾਤ, ਗ੍ਰੇਟ ਕਨਸੈਪਟ, ਬਹੁਤ ਹੀ ਸੋਹਣਾ ਕਨਸੈਪਟ ਲੱਗਿਆ ਮੈਨੂੰ ਵੀਡੀਓ ਦਾ, ਹੈ ਨਾ। ਸਪੈਸ਼ਲੀ ਗਾਣਾ ਇੱਕ ਇੱਕ ਬੋਲ ਬਾਈ ਰਿਹਾ ਨਾ, ਰੂਹ ਨੂੰ ਛੂਹਣ ਵਾਲਾ ਲਿਖਿਆ, ਅਤੇ ਬਾਈ ਦੀ ਵੋਕਲ ਬਹੁਤ ਹੀ ਘੈਂਟ ਸੀ। ਫੋਰ ਦਾ ਵੈਰੀ ਫਸਟ ਟਾਈਮ ਮੈਂ ਇਸ ਆਰਟਿਸਟ ਨੂੰ ਸੁਣਿਆ, ਬਟ ਉਹਨੂੰ ਸੁਣ ਕੇ ਇੱਦਾਂ ਲੱਗ ਰਿਹਾ ਕਿ ਹਾਂ ਯਾਰ, ਕਿ ਵੋਕਲ ਹੈ ਨਾ ਵੀ ਤੂੰ ਪਹਿਲੀ ਵਾਰੀ ਆਪਣੇ ਕੰਨਾਂ 'ਤੇ ਨਹੀਂ ਸੂਟ ਕਰਦੀ, ਨਹੀਂ ਚੜ੍ਹਦੀ ਹੁੰਦੀ, ਬਟ ਸੁਣ ਕੇ ਇੱਦਾਂ ਲੱਗ ਰਿਹਾ ਕਿ ਬਹੁਤ ਹੀ ਪਿਆਰੇ ਤਰੀਕੇ ਨਾਲ, ਬਹੁਤ ਹੀ ਵਧੀਆ ਤਰੀਕੇ ਨਾਲ ਹੈ ਨਾ ਬਾਈ ਨੇ ਗਾਣਾ ਗਾਇਆ, ਹੈ ਨਾ, ਰੂਹ ਦੇ ਨਾਲ ਜਿਹਨੂੰ ਆਪਾਂ ਕਹਿੰਦੇ ਹਾਂ ਗਾਉਣਾ। ਸੋ ਗਾਣਾ ਮੈਨੂੰ ਬਹੁਤ ਕਹਿਣ ਲੱਗਿਆ, ਇੱਕ ਇੱਕ ਬੋਲ ਹੈ ਨਾ, ਇੱਕ ਅਲੱਗ ਹੀ ਦੁਨੀਆ 'ਚ ਲੈ ਕੇ ਜਾਣ ਵਾਲਾ ਗਾਣਾ। ਇੱਦਾਂ ਦੇ ਗਾਣੇ ਬਹੁਤ ਘੱਟ ਬਣਦੇ ਆ, ਪਹਿਲਾਂ ਕਾਫੀ ਗਾਣੇ ਬਣਦੇ ਹੁੰਦੇ ਸੀ ਨਾ ਇੱਦਾਂ ਦੇ, ਹੁਣ ਅੱਜ ਕੱਲ੍ਹ ਥੋੜ੍ਹੇ ਜਿਹੇ ਸਿੰਗਰ ਫਲੈਕਸ ਚੀਜ਼ਾਂ ਨਾਲ ਭੱਜ ਗਏ ਆ, ਬਟ ਇੱਦਾਂ ਦੇ ਗਾਣੇ ਸਦਾਬਹਾਰ ਹੁੰਦੇ ਆ। ਸੋ ਇੱਕ ਸਦਾਬਹਾਰ ਗਾਣਾ ਮੈਨੂੰ ਬਹੁਤ ਕਹਿਣ ਲੱਗਿਆ ਗਾਣਾ, ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਓਰੀਜਨਲ ਗਾਣੇ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ 'ਚ ਮੈਂਸ਼ਨ ਕਰਾਂਗੇ, ਜਾ ਕੇ ਜ਼ਰੂਰ ਸੁਣਿਓ। ਪਿਆਰ ਦਈਓ ਯਾਰ।